ਤੋ ਠੀਕ ਹੈ ਜੀ, ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਅੱਜ ਦੇ ਦਿਨ ਲਈ, ਅੱਜ ਦੇ ਸਮੇਂ ਲਈ, ਔਰ ਜੋ ਰੱਬ ਦੇ ਦਾਸ ਨੇ ਮੈਂ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦਾ, ਔਰ ਮੇਰੇ ਵੱਲੋਂ ਸਾਰਿਆਂ ਜੈ ਮਸੀਹ ਦੀ ਔਰ ਹਲੇਲੂਆ। ਤੋ ਪ੍ਰੇਰਿਤ ਜੀ ਇਹਨਾਂ ਦਾ ਨਾਮ ਸੋਨੀ ਔਰ ਮੈਂ ਨਹੀਂ ਤੋਂ ਆਏ ਨੇ, ਦੱਸਦੇ ਪਏ ਨੇ ਕਿ ਇਹ ਬਾਈਕ ਦੇ ਉੱਪਰ ਜਾ ਰਹੇ ਸੀ ਔਰ ਬਾਈਕ ਅਚਾਨਕ ਜਦੋਂ ਜਾ ਰਹੇ ਸੀ ਤੋ ਬਾਈਕ ਦੇ ਉੱਪਰ ਉਹ ਡਿੱਪੇ ਔਰ ਡਿੱਗਣ ਦੇ ਕਾਰਨ ਇਹਨਾਂ ਦੀ ਬਾਂਹ ਵਿੱਚ ਇਸ ਤਰ੍ਹਾਂ ਸੱਟ ਲੱਗ ਗਈ। ਔਰ ਇਹ ਦੱਸਦੇ ਪਏ ਨੇ ਕਿ ਜਦੋਂ ਡਿੱਗੇ ਤੋਂ ਬਾਈਕ ਨੂੰ ਸਟਾਰਟ ਕਰ ਰਹੇ ਸੀ ਲੇਕਿਨ ਬਾਈਕ ਵੀ ਸਟਾਰਟ ਨਹੀਂ ਹੋ ਰਿਹਾ ਸੀਗਾ, ਇਹਨਾਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਤੁਸੀਂ ਬਾਈਕ ਨੂੰ ਸਟਾਰਟ ਕਰ ਚੁੱਕੇ ਹੋ, ਤੋ ਬਾਈਕ ਉਸੇ ਵੇਲੇ ਸਟਾਰਟ ਹੋ ਗਿਆ। ਔਰ ਜਦੋਂ ਘਰ ਗਏ ਤੋ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਔਰ ਡਾਕਟਰ ਨੇ ਬੋਲਿਆ ਕਿ ਤੁਹਾਡੀ ਜੋ ਬਾਂਹ ਦੀ ਵਿੱਚ ਹੱਡੀ ਆ ਉਹ ਕਰੈਕ ਹੋ ਚੁੱਕੀ ਆ। ਤੋ ਉਹਨਾਂ ਨੇ ਬੋਲਿਆ ਕਿ ਇੱਕ ਮਹੀਨਾ ਤੁਹਾਨੂੰ ਲਗਾਤਾਰ ਇੱਥੇ ਪੱਟੀ ਕਰਵਾਉਣੀ ਪਏਗੀ ਔਰ ਕੋਈ ਵੀ ਕੰਮ ਨਹੀਂ ਕਰਨਾ। ਤੋ ਇਹਨਾਂ ਨੇ ਜਦੋਂ ਇਸ ਤਰ੍ਹਾਂ ਬੋਲਿਆ ਗਿਆ ਤੋ ਇਹ ਵੀਰਵਾਰ ਇੱਥੇ ਪਵਿੱਤਰ ਸੰਗਤੀ ਦੇ ਵਿੱਚ ਆਏ, ਸ਼ਾਮ ਦੇ ਟਾਈਮ ਜੋ ਸੰਗਤੀ ਹੁੰਦੀ ਆ। ਤੋ ਇੱਥੇ ਰੱਬ ਦੇ ਦਾਸ ਵਚਨ ਦੱਸ ਰਹੀ ਸੀ ਤੋ ਇਹਨਾਂ ਦੇ ਅੰਦਰ ਉਹ ਨੇਚਾ ਸੀ ਚੰਗੇ ਹੋਣ ਦੀ, ਤੋ ਇਹ ਕੋਸ਼ਿਸ਼ ਕਰ ਰਹੇ ਸੀ ਬਾਰ ਬਾਰ ਆਪਣੀ ਬਾਂਹ ਨੂੰ ਚੁੱਕਣ ਲਈ। ਤੋ ਇਹ ਦੱਸਦੇ ਪਏ ਨੇ ਕਿ ਉਸ ਤੋਂ ਬਾਅਦ ਜੋ ਰੱਬ ਦੇ ਦਾਸ ਨੇ ਹੀਲਿੰਗ ਕੀਤੀ ਕਿ ਜਿਨ੍ਹਾਂ ਦੀਆਂ ਬਾਹਾਂ ਵਿੱਚ ਦਰਦਾਂ ਨੇ ਉਹ ਯੀਸ਼ੂ ਦੇ ਨਾਮ 'ਚ ਅੱਜ ਪੂਰੀ ਤਰ੍ਹਾਂ ਫ੍ਰੀ ਹੋ ਚੁੱਕੇ ਨੇ। ਤੋ ਇਹਨਾਂ ਨੇ ਵਿਸ਼ਵਾਸ ਕੀਤਾ ਔਰ ਬਾਂਹ ਨੂੰ ਉੱਪਰ ਕੀਤਾ ਔਰ ਪਰਮੇਸ਼ੁਰ ਨੇ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਯੀਸ਼ੂ ਮਸੀਹ ਦੇ ਸਾਮਰਥੀ ਉਸ ਜਿੰਦਾ ਨਾਮ ਦੇ ਵਿੱਚ। ਸੁਣੋ ਸੁਣੋ, ਇੱਕ ਡਾਕਟਰ ਜੋ ਹੱਡੀਆਂ ਦਾ ਡਾਕਟਰ ਆ ਉਹ ਉਹਨੇ ਦੇਖਿਆ ਜਦੋਂ ਇਹਨਾਂ ਐਕਸੀਡੈਂਟ ਹੋ ਗਿਆ, ਇਹਨਾਂ ਦਾ ਹੱਡੀ ਕਰੈਕ ਆ ਔਰ ਇਹਨਾਂ ਨੇ ਉਸ ਦਿਨ ਇਹ ਵਾਲੀ ਬਾਜੂ ਆਪਣੇ ਆਪਣੀ ਬਾਂਹ ਗੱਲ ਵਿੱਚ ਪਾਈ ਹੋਈ ਸੀ। ਬੋਲੋ ਕਿ ਪਾਈ ਹੋਈ ਸੀ ਇਸ ਤਰ੍ਹਾਂ ਪੱਟੀ ਦੇ ਵਿੱਚ ਉੱਪਰ ਗੱਲ ਵਿੱਚ ਇਸ ਤਰ੍ਹਾਂ ਪਾਈ ਸੀ। ਔਰ ਹੁਣੇ ਬੱਚਾ ਦੱਸ ਰਿਹਾ ਨਾ ਕਿ ਡਾਕਟਰ ਨੇ ਇਹਨਾਂ ਨੂੰ ਇੱਕ ਮਹੀਨਾ ਰੈਸਟ ਦੱਸੀ। ਕੀ ਦੱਸੀ? ਇੱਕ ਮਹੀਨਾ ਤੱਕ ਰੈਸਟ ਦਿੱਤੀ ਕਿ ਤੁਸੀਂ ਕੋਈ ਕੰਮ ਕਰ ਨਹੀਂ ਸਕਦੇ। ਔਰ ਇਸ ਵੀਰਵਾਰ ਜਿਹੜੀ ਅਸੀਂ ਸ਼ਾਮ ਨੂੰ ਸੰਗਤੀ ਕਰਦੇ ਹਾਂ, ਮੈਂ ਪੁੱਤਰ ਆਤਮਾ ਮੈਨੂੰ ਜੋ ਬੋਲਦਾ ਮੈਂ ਉਹੀ ਦੱਸਦਾ। ਔਰ ਪਰਮੇਸ਼ਰ ਆਤਮਾ ਜਾਣਦਾ, ਅੱਜ ਵੀ ਜਾਣਦਾ ਉਹ ਤੁਹਾਨੂੰ ਸਭ ਬੈਠਿਆਂ ਨੂੰ। ਤੋ ਜਦੋਂ ਪਰਮੇਸ਼ਰ ਦੇ ਆਤਮਾ ਦੀ ਵੱਲੋਂ ਉਹ ਪ੍ਰੋਫਿਟ ਵਰਡ ਉਹ ਵਚਨ ਆਇਆ ਇਹਨਾਂ ਦੇ ਲਈ, ਇਹਨਾਂ ਨੇ ਮਨ ਤੋਂ ਉਹਨੂੰ ਰਿਸੀਵ ਕੀਤਾ ਆਪਣੇ ਜੀਵਨ 'ਚ ਲਿਆ ਔਰ ਉਹ ਕਰੈਕ ਹੱਡੀ ਔਰ ਉਹ ਇਹੀ ਬਾਜੂ ਇਹੀ ਵਾਲੀ ਬਾਂਹ ਜਿਹੜੀ ਗੱਲ ਵਿੱਚ ਪਾਈ ਸੀ ਇਹਨਾਂ ਵਿਸ਼ਵਾਸ ਨਾਲ ਉੱਚੋਂ ਕੱਢੀ ਬਾਹਰ ਔਰ ਆਪਣੇ ਦੋਨਾਂ ਹੱਥਾਂ ਨੂੰ ਕੀ ਕਰਤਾ ਉੱਪਰ ਚੱਕਤਾ ਔਰ ਆਪਣੀਆਂ ਬਾਜੂਆਂ ਨੂੰ ਹਿਲਾਉਣਾ ਸ਼ੁਰੂ ਕੀਤਾ। ਇੱਕ ਕਰੈਕ ਹੱਡੀ ਵਾਲਾ ਬਾਜੂ ਹਿਲਦਾ ਆ, ਪਰ ਮੈਂ ਜਦੋਂ ਮੈਂ ਬੋਲਿਆ ਮੈਂ ਉਸ ਦਿਨ ਕਿਹਾ ਆਪੋ ਆਪਣੀ ਬਾਜੂ ਜਿਨ੍ਹਾਂ ਦੇ ਦਰਦਾਂ ਆ ਉਹ ਹਿਲਾਓ, ਕੀ ਕਰੋ ਔਰ ਇਹ ਹਿਲਾਉਣ ਲੱਗ ਪਈ ਵਿਸ਼ਵਾਸ ਨਾਲ। ਔਰ ਅੱਜ ਕੀ ਹੈ ਤੁਹਾਡੇ ਸਾਹਮਣੇ ਆ, ਹਿਲਾ ਕੇ ਦਿਖਾਓ, ਹਿਲਾਓ ਆਪਣੇ ਬਾਜੂ, ਚੱਕੋ ਦੋਨੋਂ, ਚੱਕੋ ਦੋਨੋਂ ਜਿਹੜੀ ਜਿਹ ਚ ਕਰੈਕ ਸੀ ਜਿਹੜੀ, ਹਿਲਾਓ। ਕਦੀ ਕਰੈਕ ਹੱਡੀ ਵਾਲਾ ਬਾਜੂ ਹਿਲਦਾ ਆ? ਕਿਹਦੀ ਸਮਰਥ ਆ, ਕਿਹਦੀ ਤਾਕਤ ਆ? ਬੋਲੋ ਕਿਹਦੀ ਤਾਕਤ ਆ? ਰੋ ਪਰਮੇਸ਼ਰ ਸਾਡੇ ਵਿਚਕਾਰ ਨੇ, ਉਹ ਪਰਮੇਸ਼ਰ ਸਾਡੇ ਵਿਚਕਾਰ ਆ ਜੋ ਟੁੱਟੀਆਂ ਹੱਡੀਆਂ ਨੂੰ ਜੋੜਨ ਦੀ ਤਾਕਤ ਔਰ ਸਮਰਥ ਰੱਖਦਾ ਆ। ਹਾਲੇਲੂਯਾ, ਆਮੇਨ। ਬਸ ਤੋ ਪ੍ਰੇਰਿਤ ਜੀ ਇਹ ਦੱਸ ਰਹੇ ਨੇ ਕਿ ਜਦੋਂ ਇਸ ਤਰ੍ਹਾਂ ਹੋਇਆ ਤੋ ਇਹ ਅਗਲੇ ਦਿਨ ਹੀ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਤੋ ਉਸ ਦਿਨ ਤੋਂ ਬਾਅਦ ਇਹਨਾਂ ਦੇ ਬਾਂਹ ਵਿੱਚ ਕੋਈ ਦਰਦ ਨਹੀਂ ਆ। ਔਰ ਇਹ ਦੱਸਦੇ ਪਏ ਨੇ ਕਿ ਨਾਲ ਦੀ ਨਾਲ ਇਹ ਬਹੁਤ ਸਾਰੀ ਡਰਿੰਕ ਪੀਂਦੇ ਸੀ ਰੋਜ਼ ਹੀ,
तो दासने ने उस दिन तो बाद इन्हें एक वरी भी ड्रिंक नहीं की और यीशु के नाम च परमेश्वर ने इन्हों का नशे ने भी छुड़ा दिता। आमीन, तारीफ करांगे प्रभु के नाम की। जोर से दिल से